ਹਾਂਜੀ ਸਤਿ ਸ੍ਰੀ ਅਕਾਲ ਤੇ ਦੋਸਤੋ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸ਼ੁਰੂ ਕਰਦੇ ਹਾਂ ਸਿੱਧੂ ਦੀ ਨਵੀਂ ਪੋਸਟ ਨੂੰ ਜਿਸ ਵਿੱਚ ਲਿਖਿਆ ਨਾ ਪਰਕ ਸਾਡੇ ਸਬਰਾਂ ਨੂੰ ਨਾ ਕਰਪਾਰ ਜ਼ੁਲਮ ਜਬਰਾਂ ਨੂੰ ਅਸੀਂ ਦਾਤੀਆਂ ਕਈਆਂ ਵਾਲੇ ਹਾਂ ਤੇ ਬੇਟਾ ਕੇ ਮੈਦਾਨ ਬਣਾ ਦਿੰਦੇ ਜੇ ਆਈ ਉੱਤੇ ਆ ਜਾਈਏ ਤਾਂ ਬੰਜਰ ਧਰਤੀ ਵਿੱਚੋਂ ਵੀ ਬੀਜ ਉਗਾ ਦਿੰਦੇ ਕਿਸਾਨ ਕਿਸਾਨੀ ਜਿੰਦਾਬਾਦ ਦੋਸਤੋ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿੱਧੂ ਨਜੇ ਉਮਰਿੰਦਰ ਗਿੱਲ ਦਾ ਨਵਾਂ ਗਾਣਾ ਸੂਰਜਾਂ ਵਾਲੜੇ ਰਿਲੀਜ਼ ਹੋਇਆ ਹੈ ਕਿਸਾਨਾਂ ਦੇ ਦਰਦ ਬਿਆਨ ਕਰਦਾ ਇਹ ਗਾਣਾ ਜਿਸ ਦੀ ਕੀ ਸਾਰੇ ਹੀ ਸਿੰਗਰਾਂ ਨੇ ਸੰਲੰ ਬੀਐਸਡੀ ਸਪੋਰਟ ਕੀਤੀ ਹੈ ਦੋਸਤੇ ਇੱਕ ਖਾਸ ਗੱਲ ਜੋ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਹੀ ਲੋਕ ਜਿਹੜੇ ਬਾਲੀਵੁੱਡ ਹਾਰੀਵੁੱਡ ਤੱਕ ਪਹੁੰਚ ਰੱਖਦੇ ਹਨ ਪਰ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਭੁੱਲ ਚੁੱਕੇ ਹਨ ਕੁਝ ਆਪਣੇ ਹੀ ਲੋਕ ਜਿਵੇਂ ਕਿ ਸਨੀ ਦਿਓਲ ਕੰਗਣਾ ਰਣੌਤ ਦਲੇਰ ਮਹਿੰਦੀ ਇਹਨਾਂ ਨੇ ਤਾਂ ਸਿੱਧਾ ਮੋਦੀ ਦਾ ਸਾਥ ਦੇ ਦਿੱਤਾ ਮਤਲਬ ਪੰਜਾਬ ਤੋਂ ਕਿਨਾਰਾ ਕਰ ਲਿਆ ਪਰ ਦੂਜੇ ਪੰਜਾਬੀ ਜਿਨ੍ਹਾਂ ਦੀ ਪਹੁੰਚ ਨੈਸ਼ਨਲ মিডিਆ ਤੱਕ ਹੈ ਜਿਵੇਂ ਕਿ ਗੁਰੂ ਰਿੰਦਾਵਾ ਅਕਸ਼ੇ ਕੁਮਾਰ ਹਨੀ ਸਿੰਘ ਇਹਨਾਂ ਲੋਕਾਂ ਤੇ ਵੀ ਤੌਮਤਾ ਲੱਗ ਰਹੀਆਂ ਹਨ ਕਿ ਇਹ ਲੋਕ ਪੰਜਾਬ ਦੇ ਹੱਕ ਵਿੱਚ ਕਿਉਂ ਨਹੀਂ ਬੋਲ ਰਹੇ ਜਸਪਾਲ ਜਬਾਨੀ ਧਰਨੇ ਤੇ ਇਹਨਾਂ ਲੋਕਾਂ ਨੂੰ ਕਾਫੀ ਕੁ ਇਹ ਤੇ ਨਹੀਂ ਆ ਸਕਦੀ ਕੋਈ ਗੱਲ ਨਹੀਂ ਘਟੂ ਘਟ ਪੋਸਟ ਤਾਂ ਪਾ ਦਿਓ ਕੋਈ ਜਿਸ ਨਾਲ ਇੰਡੀਆ ਲੈਵਲ ਦੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਹਾਂ ਪੰਜਾਬੀਆਂ ਨਾਲ ੱਟਕਾ ਹੋ ਰਿਹਾ ਹੈ ਦੋਸਤੋ ਗੁਰੂ ਰਿੰਦਾਬਾਦੀ ਪੋਸਟ ਹੇਡ ਕਮੈਂਟਾਂ ਵਿੱਚ ਲੋਕ ਰਿਕੁਐਸਟ ਵੀ ਕਰ ਰਹੇ ਹਨ ਤੇ ਕੁਝ ਲੋਕ ਬੁਰਾ ਭਰਾ ਵੀ ਬੋਲ ਰਹੇ ਹਨ ਵੀ ਤੁਸੀਂ ਕਿਸਾਨਾਂ ਦੀ ਸਪੋਰਟ ਵਿੱਚ ਪੋਸਟ ਪਾਓ ਅਕਸ਼ੇ ਕੁਮਾਰ ਦੀ ਪੋਸਟ ਹੇਡ ਵੀ ਲੋਕ ਕਮੈਂਟ ਕਰ ਰਹੇ ਹਨ ਵੀ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਆਓ ਦੋਸਤੋ ਪਤਾ ਸਭ ਨੂੰ ਲੱਗ ਰਿਹਾ ਹੈ ਪਰ ਕੋਈ ਬੋਲ ਨਹੀਂ ਰਿਹਾ ਗੱਲ ਸਾਫ਼ ਹੈ ਇਹ ਲੋਕ ਮੋਦੀ ਦੇ ਨਾਲ ਹਨ ਤੇ ਗੁਰੂ ਰਿੰਦਾਵਾ ਤੇ ਅਕਸ਼ੇ ਕੁਮਾਰ ਤਾਂ ਇੰਸਟਾਗ੍ਰਾਮ ਤੋਂ ਨਰਿੰਦਰ ਮੋਦੀ ਨਹੀਂ ਕਹਿ ਰਹੇ ਬਸ ਇਹ ਸਮਝਾ ਰਹੇ ਆ ਕਿ ਇਹਨਾਂ ਲੋਕਾਂ ਤੋਂ ਕਿਸਾਨਾਂ ਦੀ ਸਪੋਰਟ ਵਿੱਚ ਪੋਸਟ ਦੀ ਉਮੀਦ ਨਾ ਰੱਖੋ ਬਾਕੀ ਜੰਗ ਆਪਣੀ ਸਭ ਦੀ ਜਾਰੀ ਹੈ ਸਿੱਧੂ ਤੇ ਬਾਕੀ ਸਿੰਘਰਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਸਭ ਦਿੱਲੀ ਜਾ ਰਹੇ ਹੁਣ ਤਾਂ ਬਸ ਇੱਕ ਸਮਾਂ ਉਲੀਕਣਾ ਰਹਿ ਗਿਆ ਹੈ ਮੋਦੀ ਦਾ ਪੰਜਾਬ ਨਾਲ ਧੱਕਾ ਸਾਫ ਦਿਖਾਈ ਦਿੱਤਾ ਨੌ ਸਟੇਟਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦੇ ਦਰਜੇ ਤੋਂ ਹਟਾ ਦਿੱਤਾ ਗਿਆ ਹੈ ਤੇ ਵੱਡੀ ਗੱਲ ਇਸ ਬਿੱਲ ਦਾ ਇਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਤੇ ਦੋਸਤੋ ਆਖਰੀ ਅਪਡੇਟ ਸਿੱਧੂ ਦੇ ਬੈਡ ਗਾਣੇ ਬਾਰੇ ਬੈਡ ਗਾਣਾ ਸਿੱਧੂ ਨੇ ਪੰਜਾਬ ਦੇ ਮਾਹੌਲ ਨੂੰ ਦੇਖਦਿਆਂ ਪਹਿਲਾਂ ਵੀ 딜ੇ ਕਰ ਦਿੱ ਲਿ ਹੋ ਗਿਆ ਹੈ ਪਹਿਲਾ میوزਿਕ ਡਾਇਰੈਕਟਰ ਨੇ ਕਿਹਾ ਸੀ ਵੀ 3 ਤਰੀਕ ਨੂੰ ਇਹ ਗਾਣਾ ਰਿਲੀਜ਼ ਹੋਵੇਗਾ ਪਰ ਦੋਸਤੋ ਫਿਲਹਾਲ ਇਹ ਗਾਣਾ 3 ਤਰੀਕ ਨੂੰ ਵੀ ਨਹੀਂ ਆ ਰਿਹਾ ਪਰ ਇੰਨੀ ਜਾਣਕਾਰੀ ਜ਼ਰੂਰ ਸਾਹਮਣੇ ਆਈ ਹੈ ਕਿ 1 ਅਕਤੂਬਰ ਮਹੀਨੇ ਵਿੱਚ ਹੀ ਇਹ ਗਾਣਾ ਰਿਲੀਜ਼ ਹੋ ਜਾਵੇਗਾ ਦੋਸਤੋ ਸਿੱਧੂ ਦਾ ਇਹ ਗਾਣਾ ਵੀ ਚੱਕਮਾ ਹੈ ਪਰ ਫਿਲਹਾਲ ਜੋ ਪੰਜਾਬ ਦਾ ਮਾਹੌਲ ਚੱਲ ਰਿਹਾ ਹੈ ਇਸ ਮੁਤਾਬਕ ਇਸ ਗਾਣੇ ਨੂੰ ਰਿਲੀਜ਼ ਕਰਨਾ ਮਨਾਸਫ ਨਹੀਂ ਹੈ ਤੇ ਦੋਸਤੋ ਸਿੱਧੂ ਤੇ ਬਾਕੀ ਸਿੰਗਰ ਦਿੱਲੀ ਜਾਣ ਲਈ ਤਿਆਰ ਹਨ ਤੇ ਦੇਖੋ 31 ਜੱਥੇਬੰਦੀਆਂ ਕਦੋਂ ਇਕੱਠੀਆਂ ਹੁੰਦੀਆਂ ਹਨ ਤੇ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਹੋ ਤਾਂ ਇਸ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ